नाभा रियासत दे क्रांतिकारी महाराजा रिपू दमन सिंह दा 100 साला नाभा दिवस मनाया गया। इस प्रोग्राम दे विच महाराजा रिपू दमन सिंह दे परिवार वालों विशेष तौर ते शिरकत की गई अते श्रोमणी कमेटी दा विशेष तौर ते धन्यवाद भी किया गया। ए प्रोग्राम श्रोमणी गुरुद्वारा प्रबंधक कमेटी अते श्रोमणी अकाली दल वालों सांझे तौर ते करवाया गया। इस समागम दे विच महाराजा रिपू दमन सिंह दे जीवन ते चानना पाया गया। अज तो 100 साल पहला 9 जुलाई 1923 नूं महाराजा रिपू दमन सिंह नूं गद्दी तो ला के उन्हां नूं गिरफ्तार करके लै गए सन। इस मौके ते श्रोमणी गुरुद्वारा प्रबंधक कमेटी दे प्रधान हरजिंदर सिंह तामी ने कहा कि नाभा दिवस महाराजा रिपू दमन सिंह दी याद दे विच मनाया जा रहा है। उन्होंने कहा कि महाराजा रिपू दमन सिंह धर्मी राजा सन जो कि सिख कौम दी चढ़दी कला लई कदे भी पिछे नहीं हटे। उन्होंने कहा कि महाराजा रिपू दमन सिंह जी दा सिलेबस हिस्टरी विच शामिल होना चाहिए। पंजाब दे कई इलाकियां दे विच आए हड़ां दे नाल होए नुकसान ते तामी ने कहा कि श्रोमणी गुरुद्वारा प्रबंधक कमेटी हड़ पीड़ता दे लई हर संभव मदद कर रही है। वाहेगुरु जी का खालसा वाहेगुरू जी की फतेह। सिख पंथ दे विच ये परंपरा रही आ कि जेडे भी गुरु के सिखां ने गुरु सिद्धांत अनुसार पहरा दिता उन्हां दे कीते कारनामे ते उन्हां दे संबंध विच पंथ हमेशा उन्हां दा यादां जिहड़ियां पवित्र मनाउंदा। महाराजा रिपू दमन सिंह जिन्हां दा 100 साला ਆਪਾਂ ਇਹ ਅੱਜ ਮਨਾ ਰਹੇ 9 ਸਪਟੰਬਰ ਨੂੰ ਉਹਦੇ ਸੰਬੰਧ ਦੇ ਵਿੱਚ ਅੱਜ ਇੱਥੇ ਇੱਕ ਸੈਮੀਨਾਰ ਰੱਖਿਆ ਗਿਆ ਜਿਹਦੇ ਵਿੱਚ ਵਿਦਵਾਨ ਜਿਹੜੇ ਉਹ ਪਰਚੇ ਵੀ ਪੜ੍ਹਨਗੇ ਅਤੇ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਸਮੁੱਚੇ ਮੈਂਬਰ ਸਹਿਮਾਨ ਅਤੇ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਉਹ ਸਾਰੇ ਸ਼ਮੂਲੀਅਤ ਕਰਨਗੇ ਅਤੇ ਸਭ ਤੋਂ ਖੁਸ਼ੀ ਦੀ ਗੱਲ ਕਿ ਮਹਾਰਾਜਾ ਰਿਪੂ ਦਮਨ ਸਿੰਘ ਜੀ ਦੀ ਅੰਸ਼ ਅਤੇ ਬੰਸ਼ ਉਹ ਬੇਟੀ ਵੀ ਅਤੇ ਬੇਟਾ ਬੱਚਾ ਛੋਟਾ ਉਹ ਵੀ ਅੱਜ ਸ਼ਾਮਿਲ ਹੋਏ ਆ ਇਹਦੇ ਵਿੱਚ। ਮਹਾਰਾਜਾ ਰਿਪੂ ਦਮਨ ਸਿੰਘ ਜੀ ਨੇ ਆਪਣੇ ਉਸ ਸਮੇਂ ਅਨੁਸਾਰ ਸਿੱਖੀ ਪਰੰਪਰਾਵਾਂ ਦੀ ਉਸ ਵੇਲੇ ਪਾਲਣਾ ਕੀਤੀ ਜਦੋਂ ਇੱਥੇ ਬ੍ਰਿਟਿਸ਼ ਸਰਕਾਰ ਸੀ ਅਤੇ ਮੈਂ ਸਮਝਦਾ ਮਹਾਰਾਜੇ ਭਾਵੇਂ ਸਾਰੇ ਇਸ ਪੰਜਾਬ ਦੇ ਵਿੱਚ ਹੋਣ ਜਾਂ ਪੰਜਾਬ ਤੋਂ ਬਾਹਰ ਹੋਣ ਪਰ ਜਿਹੜੀ ਛਵੀ ਮਹਾਰਾਜਾ ਰਿਪੂ ਦਮਨ ਸਿੰਘ ਦੀ ਪੰਥ ਨੂੰ ਸਮਰਪਿਤ ਹੋ ਕੇ ਕੇਵਲ ਤਾਂ ਕੇਵਲ ਰਾਜ ਸੱਤਾ ਦੀ ਪ੍ਰਾਪਤੀ ਨਹੀਂ ਜਿਸ ਵੇਲੇ ਉਹਨਾਂ ਦੀ ਗੱਦੀ ਨਿਸ਼ਾਨੀ ਹੋਣੀ ਸੀ ਗੁਰੂ ਪਰੰਪਰਾਵਾਂ ਦੇ ਅਨੁਸਾਰ ਉਹਨਾਂ ਨੇ ਉਹਨਾਂ ਪਰੰਪਰਾਵਾਂ ਦੇ ਉੱਤੇ ਪਹਿਰਾ ਦਿੱਤਾ ਜਿਹਦਾ ਉਹਨਾਂ ਨੂੰ ਵੱਡਾ ਖਮਿਆਜਾ ਵੀ ਭੁਗਤਣਾ ਪਿਆ ਪਰ ਮੈਂ ਸਮਝਦਾ ਇਹ ਗੁਰੂ ਦੀ ਕਿਰਪਾ ਅਤੇ ਬਖਸ਼ਿਸ਼ ਸੀ ਕਿ ਉਹਨਾਂ ਨੇ ਗੁਰੂ ਸਿਧਾਂਤ ਨੂੰ ਅਪਣਾ ਕੇ ਉਸ ਵੇਲੇ ਦੀ ਜਿਹੜੀ ਸਰਕਾਰ ਜਿਹੜੀ ਗੋਰਿਆਂ ਦੀ ਸੀ ਜਿਹੜੀ ਆਪਣੇ ਅਨੁਕੂਲ ਉਸ ਵੇਲੇ ਮਹਾਰਾਜਿਆਂ ਨੂੰ ਗੱਦੀ ਨਸ਼ੀਨ ਕਰਦੀ ਸੀ ਉਹਨੂੰ ਇੱਕ ਨਵੀਂ ਗੁਰੂ ਸਿਧਾਂਤ ਅਨੁਸਾਰ ਗੁਰੂ ਪੰਥ ਖਾਲਸੇ ਦੇ ਸਿਧਾਂਤ ਅਨੁਸਾਰ ਉਹਨੂੰ ਜਿਹੜੀ ਉਹ ਉਹਨਾਂ ਨੇ ਉਹਨਾਂ ਆਦੇਸ਼ਾਂ ਦੀ ਪਾਲਣਾ ਕੀਤੀ ਸੋ ਇਹੋ ਕਾਰਨ ਆ ਕਿ ਅਸੀਂ ਅੱਜ ਸਾਰੇ ਇੱਥੇ ਮਿਲ ਕੇ ਉਹਨਾਂ ਦੀ ਪਵਿੱਤਰ ਯਾਦ ਦੇ ਵਿੱਚ ਜਿੱਥੇ ਸ਼ਤਾਬਦੀ ਮਨਾਉਣੀ 9 ਤਰੀਕ ਨੂੰ ਉੱਥੇ ਅੱਜ ਜਿਹੜਾ ਉਹਨਾਂ ਦੇ ਉੱਤੇ ਇੱਕ ਸੈਮੀਨਾਰ ਜਿਹੜਾ ਉਹ ਆਯੋਜਿਤ ਕੀਤਾ ਗਿਆ। ਪੰਜਾਬ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਕੀ ਉਪਰਾਲੇ ਕਰ ਰਹੀ ਹੈ? ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਪਹਿਲਾਂ ਵੀ ਜਦੋਂ ਕੁਛ ਇਲਾਕੇ ਪੀੜਤ ਹੋਏ ਸੀ ਉਦੋਂ ਵੀ ਅਸੀਂ ਸਮੁੱਚੇ ਤੌਰ 'ਤੇ ਕੁਛ ਨੰਬਰ ਜਾਰੀ ਕੀਤੇ ਸੀ ਜਿਹੜੇ ਅਸੀਂ ਸੈਂਟਰ ਬਣਾਏ ਸੀ। ਹੁਣ ਵੀ ਅਸੀਂ ਦੁਆਬੇ ਦੇ ਵਿੱਚ ਅਤੇ ਉੱਧਰ ਬਾਬੇ ਬਕਾਲੇ ਵਿਖੇ ਕਿਉਂ ਜਿੱਥੇ ਜਿੱਥੇ ਇਹਨਾਂ ਹੜ੍ਹਾਂ ਦਾ ਅਸਰ ਆ ਉੱਥੇ ਫਿਰ ਕੇਂਦਰ ਸਥਾਪਿਤ ਕੀਤੇ ਆ ਔਰ ਉਹਦੇ ਵਿੱਚ ਮੇਨ ਤੌਰ 'ਤੇ ਲੰਗਰ ਪਾਣੀ ਅਤੇ ਦੁੱਧ ਅਤੇ ਕਿਉਂਕਿ ਰਸਕਿਊ ਕਰਨਾ ਇਹ ਸਰਕਾਰਾਂ ਦਾ ਸਟੇਟ ਦਾ ਕੰਮ ਹੁੰਦਾ ਉਹ ਆਪਣੇ ਤੌਰ 'ਤੇ ਉੱਧਰ ਕਰਨ ਪਰ ਅਸੀਂ ਫਿਰ ਵੀ ਸਾਡੇ ਜਿੰਨੇ ਵੀ ਇੰਪਲੋਈ ਆ ਉਹ ਅਸੀਂ ਨੰਬਰ ਨਸ਼ਰ ਕਰਤੇ ਆ ਅਤੇ ਸੈਂਟਰ ਵੀ ਦੇ ਦਿੱਤੇ ਵੀ ਜਿੱਥੇ ਜਿੱਥੇ ਕਿਸੇ ਨੂੰ ਲੋੜ ਆ ਉਹ ਤੁਰੰਤ ਸਾਡੇ ਨਾਲ ਜਿਹੜਾ ਉਹ ਸੰਪਰਕ ਕਰੇ ਸਾਡੇ ਆਪਣੇ ਤੌਰ 'ਤੇ ਇੰਪਲੋਈਜ਼ ਵੀ ਸਾਰੇ ਜਿਹੜੇ ਉਹ ਵੱਖ ਵੱਖ ਥਾਂ ਦੇ ਜਿਹੜਾ ਲੰਗਰ ਦੀ ਸੇਵਾ ਜਿਹੜੀ ਉਹ ਬਾਖੂਬੀ ਨਿਭਾ ਰਹੇ। ਦੇਖੋ ਇਹ ਜਿਹੜੀਆਂ ਮਹਾਰਾਜਿਆਂ ਦੀਆਂ ਨਿਸ਼ਾਨੀਆਂ ਇਹ ਕਿਉਂਕਿ ਸਰਕਾਰ ਨੂੰ ਸਮਰਪਿਤ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਪੁਰਦ ਕਰ ਦੇਣਗੇ ਅਸੀਂ ਸਾਂਭ ਲਾਂਗੇ ਪਰ ਕਿਉਂਕਿ ਪ੍ਰੋਪਰਟੀ ਬੈਸਟ ਕਰਦੀ ਆ ਸਰਕਾਰਾਂ ਦੇ ਵਿੱਚ ਕੁਛ ਇਹਨਾਂ ਦੀ ਨਿੱਜੀ ਹੈਗੀ ਆ ਜਿਹੜੀ ਪਰ ਉਹ ਤੋਂ ਇਲਾਵਾ ਜਿਹੜੀ ਜਿਹੜੀ ਸਰਕਾਰ ਨੂੰ ਬੈਸਟ ਕਰਦੀ ਆ ਸਾਡੇ ਸਪੁਰਦ ਕਰ ਦੇਣਾ ਅਸੀਂ ਜ਼ਰੂਰ ਕਰਾਂਗੇ। ਤੁਸੀਂ ਅਪੀਲ ਕਰੋਗੇ ਸਰਕਾਰ ਨੂੰ ਸਿਲੇਬਸ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਇਸ ਤਰ੍ਹਾਂ ਦੇ ਮਹਾਨ? ਅਸੀਂ ਤਾਂ ਚਾਹੁੰਦੇ ਵੀ ਕਿਉਂਕਿ ਮਹਾਰਾਜਾ ਰਿਪੂ ਦਮਨ ਸਿੰਘ ਉਹਨਾਂ ਨੇ ਉਸੇ ਹੀ ਲੀਹਾਂ ਦੇ ਉੱਤੇ ਪਹਿਰਾ ਦਿੱਤਾ ਜਿਹੜਾ ਸਾਡਾ ਸਿਧਾਂਤ ਸਾਨੂੰ ਦੱਸਦਾ ਸੀ ਅਤੇ ਮੈਂ ਸਮਝਦਾ ਇਹਨਾਂ ਨੂੰ ਉਚੇਚੇ ਤੌਰ ਦੇ ਉੱਤੇ ਕਿਉਂਕਿ ਪੰਜਾਬ ਵੱਸਦਾ ਗੁਰਾਂ ਦੇ ਨਾਂ 'ਤੇ ਅਤੇ ਜਿਹੜੀਆਂ ਸਿੱਖ ਪਰੰਪਰਾਵਾਂ ਆ ਉਹਨਾਂ ਨੂੰ
महाराजा जी तो अलावा भी दूजिया भी जिहड़ियां साडियां पिरतां उन्हां नूं भी शामिल किया जाना चाहिए, बहुत जरूरी है। नाभा तो भुपिंदर की रिपोर्ट।